ਫਤਿਹਗੜ੍ਹ ਚੂੜੀਆਂ ਦੇ ਵੱਖ ਵੱਖ ਪਿੰਡਾਂ ਪਾਰੋਵਾਲ, ਨਾਸਰਕੇ, ਕੋਟਲੀ ਥਾਬਲਾ, ਸਾਰਚੂਰ ਅਤੇ ਤਲਵੰਡੀ ਪਰਤ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਸੁਰਿੰਦਰ ਸਿੰਘ ਅਤੇ ਮੈਡਮ SDM ਫਤਿਹਗੜ੍ਹ ਚੂੜੀਆਂ ਵੀਰਪਾਲ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਵਾਤਾਵਰਨ ਦੀ ਸੰਭਾਲ ਕਰਨ ਬਾਰੇ ਜਾਗਰੂਕ ਕਰਨ ਦੇ ਲਈ ਇੱਥੇ ਪਹੁੰਚੇ। ਇਸ ਮੌਕੇ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਕਿਹਾ ਹੈ ਕਿ ਅਜਿਹਾ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ, ਉੱਥੇ ਹੀ ਫਸਲਾਂ ਨੂੰ ਵੀ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ ਅਤੇ ਵਾਤਾਵਰਨ ਨੂੰ ਵੀ ਗੰਦਲਾ ਹੁੰਦਾ ਹੈ। ਜਿਹੜਾ ਹੈਗਾ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਉਮਾ ਸ਼ੰਕਰ ਗੁਪਤਾ ਜੀ IAS, ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਜਿਹੜੇ ਹੈਗੇ ਆ ਵੱਖ ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਾਂ। ਮੇਰੇ ਨਾਲ ਫਤਿਹਗੜ੍ਹ ਚੂੜੀਆਂ ਦੇ SDM ਮੈਡਮ ਵੀਰਪਾਲ ਕੌਰ ਜੀ ਅਤੇ ਨਾਲ ਸਾਡੇ ਚੀਫ ਐਗਰੀਕਲਚਰ ਅਫਸਰ ਸੁਰਿੰਦਰਪਾਲ ਜੀ, ਸਾਡੇ ਐਗਰੀਕਲਚਰ ਅਫਸਰ ਦੇ ਅਧਿਕਾਰੀ, ਕੋਆਪਰੇਟਿਵ ਡਿਪਾਰਟਮੈਂਟ ਦੇ ਅਧਿਕਾਰੀ, ਨੰਬਰਦਾਰ ਸਾਹਿਬ, ਪਟਵਾਰੀ ਸਾਹਿਬ ਅਤੇ ਹੋਰ ਸਾਰੇ ਅਧਿਕਾਰੀ ਜਿਹੜੇ ਕਲੱਸਟਰ ਅਫਸਰ, ਨੋਡਲ ਅਫਸਰ ਸਾਰੇ ਆਏ ਨੇ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪਰਾਲੀ ਨੂੰ ਅੱਗ ਲਾਉਣ ਦਾ ਮਸਲਾ ਕਾਫੀ ਸਾਲਾਂ ਤੋਂ ਗੰਭੀਰ ਬਣਿਆ ਹੋਇਆ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਅਤੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦਿੱਲੀ ਵੱਲੋਂ, ਉਹਨਾਂ ਵੱਲੋਂ ਸਾਰਿਆਂ ਵੱਲੋਂ ਜਿਹੜਾ ਹੈਗਾ ਇਹ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੀ ਹੈਗੀ ਪਰਾਲੀ ਦੀਆਂ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਸੋ ਉਹਦੇ ਤਹਿਤ ਹੀ ਅਸੀਂ ਅੱਜ ਵੱਖ ਵੱਖ ਪਿੰਡਾਂ ਦੇ ਜਿਹੜੇ ਹੈਗੇ ਆ ਹੰਗਾਮੀ ਦੌਰਾ ਕਰ ਰਹੇ ਹਾਂ, ਕਿਸਾਨ ਵੀਰਾਂ ਨਾਲ ਗੱਲ ਕਰ ਰਹੇ ਹਾਂ, ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਹੈ ਉਹਨਾਂ ਨੂੰ ਵੀ ਸੁਣ ਰਹੇ ਹਾਂ ਅਤੇ ਜੋ ਵੀ ਸਾਡੇ ਕੋਲ ਪਰਾਲੀ ਪ੍ਰਬੰਧਨ ਦੇ ਜਿਹੜੇ ਸਾਧਨ ਨੇ, ਅਲੱਗ ਅਲੱਗ ਟਾਈਪ ਦੀਆਂ ਜਿਹੜੀ ਸਾਡੀ ਮਸ਼ੀਨਰੀ ਹੈ ਉਹਨਾਂ ਦੀ ਅਸੀਂ ਜਿਹੜੀ ਰਿਕੁਆਇਰਮੈਂਟ ਅਸੈਸ ਕਰ ਰਹੇ ਹਾਂ ਅਤੇ ਜਿਹੜੇ ਸਾਡੇ ਕਿਸਾਨ ਵੀਰਾਂ ਨੇ ਜਿਹੜੀ ਕੋਈ ਗੇਤੀ ਫਸਲ ਲਾਈ ਹੈ, ਕਿਸੇ ਨੇ ਆਲੂ ਮਟਰ ਦੀ ਸਬਜ਼ੀ ਲਾਈ ਹੈ ਜਾਂ ਕਿਸੇ ਨੇ ਹੋਰ ਕੋਈ 1509 ਜਿਹੜੀ ਜਾਂ PR 126 ਵਰਾਇਟੀਆਂ ਜਿਹੜੀਆਂ ਅਗੇਤੀਆਂ ਬੀਜੀਆਂ ਨੇ, ਅਤੇ ਜੇਕਰ ਕਿਸੇ ਨੂੰ ਮਜਬੂਰੀ ਦੇ ਵਿੱਚ ਜੇ ਕੋਈ ਅੱਗ ਲਾਉਣੀ ਪੈਂਦੀ ਹੈ ਤਾਂ ਅਸੀਂ ਉਹਦੇ ਤਹਿਤ ਹੀ ਇਹਨਾਂ ਨਾਲ ਗੱਲ ਕਰ ਰਹੇ ਹਾਂ। ਤੋ ਅੱਜ ਇਸ ਪਿੰਡ ਦੇ ਵਿੱਚ ਵੀ 4 ਪਿੰਡ ਦੇ ਵਿੱਚ ਆਏ ਹਾਂ ਅਤੇ ਕਾਫੀ ਕਿਸਾਨਾਂ ਨੇ ਬੜੇ ਅੱਛੇ ਸੁਧਾਰ ਦਿੱਤੇ ਨੇ ਅਤੇ ਇਹਨਾਂ ਨੇ ਜਿਹੜਾ ਹੈਗਾ ਮਸ਼ੀਨਰੀ ਦੀ ਜਿਹੜੀ ਹੈਗੀ ਕਮੀ ਨੂੰ ਉਜਾਗਰ ਕੀਤਾ ਹੈ। ਸੋ ਉਹ ਅਸੀਂ ਮੌਕੇ 'ਤੇ ਜਿਹੜੇ ਐਗਰੀਕਲਚਰ ਵਿਭਾਗ ਦੇ ਅਫਸਰ ਨੇ, SDM ਸਾਹਿਬ ਨੇ ਇਹਨਾਂ ਸਾਰਿਆਂ ਨੂੰ ਕਿਹਾ ਹੈ ਕਿ ਇਹ ਜਿਹੜਾ ਹੈਗਾ ਕੱਲ੍ਹ ਦੁਆਰਾ ਫਿਰ ਇੱਕ ਟੀਮ ਇੱਥੇ ਆਏਗੀ, ਪਿੰਡ ਦੇ ਜਿਹੜੇ ਅਫਸਰ ਜਿਹੜੇ ਸਾਰੇ ਨੁਮਾਇੰਦੇ ਨੂੰ ਉਹਨਾਂ ਨਾਲ ਗੱਲ ਕਰੇਗੀ ਅਤੇ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਮੁਤਾਬਕ ਮਸ਼ੀਨਰੀ ਹੈ ਉਹ ਪ੍ਰੋਵਾਈਡ ਕਰਾਵਾਂਗੇ। ਤਾਂ ਮੈਂ ਜਿਹੜਾ ਹੈਗਾ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਹੀ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪਰਾਲੀ ਦੀ ਜਿਹੜੀ ਹੈਗੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਈਏ। ਇਹ ਬਹੁਤ ਜ਼ਿਆਦਾ ਨੁਕਸਾਨਦੇਹ ਹੈ, ਜਿੱਥੇ ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀ ਹੈ ਉਹਦੇ ਨਾਲ ਨਾਲ ਸਾਡੀ ਸਾਰਿਆਂ ਦੀ ਸਿਹਤ ਨੂੰ ਵੀ ਇਫੈਕਟ ਕਰਦੀ ਹੈ ਅਤੇ ਸਾਡੀ ਜਿਹੜੇ ਜ਼ਮੀਨ ਦੇ ਮਿੱਤਰ ਕੀੜੇ ਹੁੰਦੇ ਨੇ ਜਾਂ ਉਹਦੀ ਉਪਜਾਊ ਸ਼ਕਤੀ ਹੈ ਉਹਨੂੰ ਵੀ ਘਟਾਉਂਦੀ ਹੈ। ਸੋ ਇਹਦੇ ਤਹਿਤ ਹੀ ਜਿਹੜੇ ਅਸੀਂ ਵੱਖ ਵੱਖ ਗਤੀਵਿਧੀਆਂ ਜਿਹੜੀਆਂ ਮਾਨਯੋਗ DC ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਵੱਖ ਵੱਖ ਪਿੰਡਾਂ ਦੇ ਵਿੱਚ ਅਸੀਂ ਕਰ ਰਹੇ ਹਾਂ। ਹਾਂਜੀ ਸਰ, ਮਾਨਯੋਗ DC ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਨਾਲ ADC ਸਾਹਿਬ ਸਾਡੇ ਪਿੰਡ ਆਏ। ਪਿੰਡ ਸਾਡਾ ਸਾਰਚੂਰ ਹੈ, ਮੈਂ ਸਾਰਚੂਰ ਦਾ ਕਿਸਾਨ ਹਾਂ, ਮਨਜਿੰਦਰ ਸਿੰਘ। ਇਹਨਾਂ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਵਾਸਤੇ ਸਾਰਾ ਇਕੱਠ ਕੀਤਾ ਵੀ ਅੱਗ ਨਹੀਂ ਲਾਉਣੀ ਅਤੇ ਅਸੀਂ ਵੀ ਇਹਨਾਂ ਨੂੰ ਬਹੁਤ ਵਿਸ਼ਵਾਸ ਦਵਾਵਾਂਗੇ ਵੀ ਅਸੀਂ ਅੱਗੇ ਵੀ ਅੱਗ ਨਹੀਂ ਲਾਉਂਦੇ, ਹੁਣ ਵੀ ਗਾਂਹ ਨਹੀਂ ਲਾਵਾਂਗੇ। ਜਿਹੜਾ ਕੋਈ ਕਿਸਾਨ ਅੱਗ ਲਾਏਗਾ ਉਹਨੂੰ ਸਮਝਾਵਾਂਗੇ, ਸਮਝਾ ਕੇ ਅਤੇ ਉਹਦੀ ਅੱਗ 'ਤੇ ਮਤਲਬ ਬਿਲਕੁਲ ਪਾਬੰਦੀ ਲਾਵਾਂਗੇ ਅਸੀਂ। ਸਰਕਾਰ ਤੋਂ ਇਹੋ ਮੰਗ ਹੈ ਵੀ ਸਾਨੂੰ ਬੇਲਰ ਮੁਹੱਈਆ ਕਿਹਾ ਜਾਵੇ, ਹਰ ਬੇਲਰ ਨਹੀਂ ਮਿਲਦਾ। ਇੱਕ ਛੋਟੇ ਕਿਸਾਨ ਵਾਸਤੇ ਮਜਬੂਰੀ ਹੈ, ਜਿਹੜਾ ਵੱਡਾ ਕਿਸਾਨ ਹੈ ਜੋ 20 ਏਕੜ ਦਾ 25 ਏਕੜ ਦਾ ਹੈ ਉਹਨੂੰ ਮਿਲ ਜਾਂਦਾ ਹੈ, ਜਿਹੜਾ ਛੋਟਾ 2 ਏਕੜ 3 ਏਕੜ ਵਾਲਾ ਉਹਨੂੰ ਨਹੀਂ ਮਿਲਦਾ। ਫਤਿਹਗੜ੍ਹ ਚੂੜੀਆਂ ਤੋਂ ਰਮੇਸ਼ ਸੋਨੀ ਦੀ ਰਿਪੋਰਟ, ਪੰਜਾਬ ਟੂਡੇ।